ਸੋ ਜਸ ਬਾਜਵਾ ਜੀ, ਜੇ ਇਹਨਾਂ ਆਰਟਿਸਟ ਦੇ ਚੋਣ ਨਿਸ਼ਾਨ ਹੋਣ ਤਾਂ ਕੀ ਹੋਣਗੇ? ਦਲਜੀਤ ਦੋਸਾਂਝ, ਜਿਵੇਂ ਦਲਜੀਤ ਬਾਈ ਅੱਜ ਕੱਲ੍ਹ ਮੈਂ ਜਦੋਂ ਸਨੈਪਾਂ ਸਨੂਪਾਂ ਦੇਖਦਾ ਹੁੰਦਾ ਕਿ ਜ਼ਿਆਦਾ ਪ੍ਰਾਈਵੇਟ ਜੈੱਟ 'ਚ ਹੀ ਹੁੰਦਾ, ਅਤੇ ਬਾਈ ਦਾ ਚੋਣ ਨਿਸ਼ਾਨ ਫਿਰ ਆਪਾਂ ਜਹਾਜ਼ ਰੱਖਾਂਗੇ। ਗੁੱਗੂ ਗਿੱਲ ਬਾਈ ਦਾ ਚੋਣ ਨਿਸ਼ਾਨ, ਜਿੱਦਾਂ ਬਾਈ ਦੀ ਪਰਸਨੈਲਿਟੀ ਔਰ ਜਿੱਦਾਂ ਬਾਈ ਪਿੰਡ 'ਚ ਰਹਿੰਦੇ ਆ ਉਹਨਾਂ ਦਾ ਚੋਣ ਨਿਸ਼ਾਨ ਆਪਾਂ ਘੋੜਾ ਰੱਖਾਂਗੇ, ਕਿਉਂਕਿ ਬਾਈ ਉਹਨਾਂ ਨੇ ਵੀ ਘੋੜੇ ਰੱਖੇ ਹੋਏ ਆ। ਗੁਲਾਬ ਸਿੱਧੂ, ਮੈਨੂੰ ਲੱਗਦਾ ਐਨਕ ਉਹਦੇ ਜਦੋਂ ਮੈਂ ਆਲ ਦੀ ਟਾਈਮ ਦੇਖਦਾ ਐਨਕ ਲੱਗੀ ਹੁੰਦੀ ਆ, ਜੇ ਪਿਛਲੇ ਪਾਸੇ ਨੂੰ ਜੇ ਅਗਲੇ ਪਾਸੇ ਨੂੰ, ਅਤੇ ਬਾਈ ਦਾ ਚੋਣ ਨਿਸ਼ਾਨ ਆਪਾਂ ਐਨਕ ਰੱਖ ਸਕਦੇ ਹਾਂ, ਬਾਈ ਦਾ ਗਾਣਾ ਵੀ ਇੱਕ ਐਨਕ ਵਾਲਾ। ਨਿਰਮਲ ਰਿਸ਼ੀ ਜੀ, ਉਹਨਾਂ ਦਾ ਚੋਣ ਨਿਸ਼ਾਨ ਸੱਗੀ ਫੁੱਲ ਹੋ ਸਕਦਾ। ਗੁਰਦਾਸ ਮਾਨ ਸਾਹਿਬ, ਮਾਨ ਸਾਹਿਬ ਦਾ ਚੋਣ ਨਿਸ਼ਾਨ ਜਦੋਂ ਮਾਨ ਸਾਹਿਬ ਸਰਪੰਚੀ ਲੜਨ, ਅਤੇ ਉਹਨਾਂ ਦਾ ਚੋਣ ਨਿਸ਼ਾਨ ਡਫਲੀ ਹੋਣਾ ਚਾਹੀਦਾ। ਨੀਰੂ ਬਾਜਵਾ, ਮੈਂ ਜਦੋਂ ਆਲ ਦੀ ਟਾਈਮ ਉਹਨਾਂ ਨੂੰ ਦੇਖਦਾ ਕਿ ਜਦੋਂ ਵੀ ਉਹਨਾਂ ਤੋਂ ਮੈਂ ਗੱਲਾਂ ਸੁਣਦਾ ਜਿੰਮ ਦੀਆਂ, ਅਤੇ ਫਿੱਟ ਰਹੋ ਜਿੰਮ ਲਾਓ, ਸਰਪੰਚੀ ਆ ਗਈ ਅਤੇ ਮੈਂ ਮੈਡਮ ਨੂੰ ਕਹੂੰਗਾ ਅਤੇ ਤੁਸੀਂ ਜ਼ਰੂਰ ਸਰਪੰਚੀ ਲੜੋ ਅਤੇ ਆਪਣਾ ਚੋਣ ਨਿਸ਼ਾਨ ਡੰਬਲ ਰੱਖੋ। ਕਰਨ ਔਜਲਾ, ਉਹਦਾ ਚੋਣ ਨਿਸ਼ਾਨ ਡਾਇਰੀ ਹੋਣਾ ਚਾਹੀਦਾ। ਕੁਲਜਿੰਦਰ ਸਿੱਧੂ, ਸਿੱਧੂ ਸਾਹਿਬ ਦਾ ਚੋਣ ਨਿਸ਼ਾਨ ਤਾਂ ਜੀ ਹੁਣ ਸਾਡੀ ਆਪੋਜੀਸ਼ਨ ਪਾਰਟੀ ਆ, ਇਹ ਸਰਪੰਚੀ 'ਚ ਤੁਹਾਨੂੰ ਦੇਖਣਾ ਪਊਗਾ। ਢੋਲ ਹੈ ਜੀ ਸਿੱਧੂ ਸਾਹਿਬ ਦਾ ਚੋਣ ਨਿਸ਼ਾਨ, ਔਰ ਚਾਚੇ ਭਤੀਜੇ ਦੀ ਜੋੜੀ ਨੇ ਸਰਪੰਚੀ 'ਚ ਕਮਾਲ ਕਰਨਾ। ਸਾਡਾ ਆਪਦਾ ਚੋਣ ਨਿਸ਼ਾਨ ਕਬੂਤਰ ਹੈ, ਅਤੇ ਕਬੂਤਰ 'ਤੇ ਵੀ ਜ਼ਰੂਰ ਮੋਹਰ ਲਾਇਓ। 15 ਅਗਸਤ ਨੂੰ ਸਰਪੰਚੀ ਚੁਪਾਲ 'ਤੇ ਆਊਗੀ, ਔਰ ਬੰਤ ਸਰਪੰਚ ਨੂੰ ਵੋਟਾਂ ਪਾ ਕੇ ਵੱਧ ਤੋਂ ਵੱਧ ਕਾਮਯਾਬ ਕਰਿਓ 15 ਅਗਸਤ ਨੂੰ ਚੁਪਾਲ 'ਤੇ।